ਸਤਿਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਚੰਡੀਗੜ੍ਹ 'ਚ ਮਹਿਜ਼ ਇੱਕ 7 ਸਾਲ ਦੀ ਬੱਚੀ ਨੂੰ ਕਿਡਨੈਪ ਕਰਨ ਵਾਲੇ ਦੋਸ਼ੀ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੁਹਾਨੂੰ ਦੱਸ ਦਿੰਦੇ ਹਾਂ, ਚੰਡੀਗੜ੍ਹ 'ਚ 7 ਸਾਲ ਦੀ ਇੱਕ ਬੱਚੀ ਨੂੰ ਮੰਦਿਰ ਤੋਂ ਇੱਕ ਬਾਈਕ ਸਵਾਰ ਨੇ ਕਿਡਨੈਪ ਕੀਤਾ ਸੀ। ਅਣਪਛਾਤਾ ਸੀ ਉਸ ਸਮੇਂ, ਲੇਕਿਨ ਗਨੀਮਤ ਰਹੀ ਕਿ ਰਸਤੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ ਅਤੇ ਉਹ ਬਾਈਕ ਤੋਂ ਨੀਚੇ ਗਿਰ ਗਿਆ, ਜਿਸ ਕਾਰਨ ਬੱਚੀ ਉਹਦੇ ਚੰਗਲ 'ਚੋਂ ਬਚ ਨਿਕਲੀ ਅਤੇ ਉਸ ਤੋਂ ਬਾਅਦ ਉਹਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪ ਬੀਤੀ ਦੱਸੀ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਆਸ ਪਾਸ ਲੱਗੇ ਕਈ CCTV ਕੈਮਰੇ ਖੰਗਾਲੇ ਅਤੇ ਆਖਿਰਕਾਰ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਉਸ ਦੋਸ਼ੀ ਨੂੰ ਡੱਡੂ ਮਾਜਰੇ ਤੋਂ ਗ੍ਰਿਫਤਾਰ ਕਰ ਲਿਆ, ਜਿਹਦਾ ਨਾਮ ਰੋਹਿਤ ਦੱਸਿਆ ਜਾ ਰਿਹਾ ਅਤੇ ਉਹਦਾ ਇੱਕ ਮਕਾਨ ਖੁੱਡਾ ਵਾਲੀ ਸ਼ੇਰ 'ਚ ਵੀ ਹੈ ਅਤੇ ਇੱਕ ਡੱਡੂ ਮਾਜਰੇ 'ਚ ਹੈ। ਸਾਡੇ ਨਾਲ ਜਿਹੜੀ ਬੱਚੀ ਹੈ ਉਹਦੇ ਪਿਤਾ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਆਪਣਾ ਕੀ ਮਾਮਲਾ ਸੀਗਾ ਜੀ, ਕਦੋਂ ਦਾ ਮਾਮਲਾ? ਸਰ, ਪਰਸੋਂ 25 ਤਰੀਕ ਸ਼ਾਮ ਨੂੰ ਗੁੜੀਆ ਵਾਲੇ ਬੱਚੇ ਨਾਲ ਖੇਡੀ ਸੀਗੀ। ਸਾਡਾ ਪੁਰਾਣ ਪ੍ਰਾਚੀਨ ਦਰਗਾਹ ਹੈ ਲਖਤਾ ਤਾਲ ਨਾਲ ਪੀਰ ਦੀ, ਉਹ ਕਾਫੀ ਬੱਚੇ ਖੇਡ ਰਹੇ ਸੀਗੇ। ਸ਼ਾਮੀ 8:30 ਵਜੇ ਦਾ ਟਾਈਮ ਸੀਗਾ ਜੀ, ਅਤੇ ਉਸ ਟਾਈਮ ਇੱਕ ਅਣਪਛਾਤਾ ਬੰਦਾ ਉਰੇ ਆਇਆ ਅੰਦਰ ਮੰਦਰ ਦੇ ਮੱਥਾ ਟੇਕਣ ਵਾਸਤੇ, ਅਤੇ ਮੰਦਰ ਦਾ ਹੋਲ ਕਾਫੀ ਬੜਾ ਹੈ, ਉਹਦੇ ਵੀ ਬੱਚੇ ਸਾਰੇ ਖੇਡ ਰਹੇ ਸੀਗੇ ਅਤੇ ਉਹ ਇੱਕ ਸਾਈਡ ਕੋਨੇ 'ਚ ਖੜਾ ਹੋਇਆ। ਜਦੋਂ ਅਸੀਂ ਵੀਡੀਓ ਦੇਖੀ ਅਤੇ ਉਹਦੇ ਵਿੱਚ ਪਤਾ ਲੱਗਿਆ ਉਹ ਇੱਕ ਦੂਰੋਂ ਬੱਚਿਆਂ ਨੂੰ ਨੋਟਿਸ ਕਰ ਰਿਹਾ ਸੀਗਾ, ਅਤੇ ਨੋਟਿਸ ਕਰਨ ਤੋਂ ਬਾਅਦ ਉਸਨੇ ਉਹਨਾਂ ਦੇ ਪਾਸ ਆ ਕੇ ਗੱਲਬਾਤ ਕਰੀ ਅਤੇ ਮੇਰੀ ਗੁੜੀਆ ਨਾਲ ਗੱਲ ਕਰਕੇ ਉਹਨੇ ਕਿਹਾ ਕਿ ਮੈਂ ਤੁਹਾਡੇ ਵਾਸਤੇ ਲੱਡੂ ਅਤੇ ਕੱਪੜੇ ਲੈ ਕੇ ਆਉਣੇ ਆ ਕਿ ਤੁਹਾਡਾ ਸਾਈਜ਼ ਠੀਕ ਹੈ ਅਤੇ ਤੁਸੀਂ ਵੀ ਨਾਲ ਚਲੋ ਅਤੇ ਬਾਕੀਆਂ ਦੇ ਕੱਪੜੇ 'ਚ ਲਿਆਉਂਗੇ, ਤੁਸੀਂ ਥੋੜ੍ਹੀ ਦੂਰ ਜਾਣਾ ਆਪਾਂ ਨੇ, ਥੋੜ੍ਹੀ ਦੇਰ 'ਚ ਵਾਪਸ ਆ ਜਾਓਗੇ। ਅਤੇ ਉਹਨੇ ਟੱਚ ਵੀ ਕਰਿਆ ਫੇਸ ਨੂੰ, ਬੈਡ ਟੱਚ ਕਰਕੇ ਥੋੜ੍ਹਾ ਸੁਲਾਇਆ ਬੁਲਾਇਆ ਅਤੇ ਬੇਟੀ ਗੱਲਾਂ 'ਚ ਆ ਗਈ ਅਤੇ ਉਹਦੇ ਨਾਲ ਨਿਕਲ ਗਈ। ਅਤੇ ਪਿੰਡ ਤੋਂ ਥੋੜ੍ਹੀ ਬਾਹਰ ਜਾ ਕੇ ਸਾਡਾ ਇੱਕ ਰੋਡ ਪੈਂਦਾ ਖੁੱਡਾ ਵਾਲੀ ਸ਼ੇਰ ਨੂੰ ਰਸ ਜਾਂਦਾ ਜੀ, ਚੰਡੀਗੜ੍ਹ ਸੋਰੀ ਸਕੇਤਰੀ ਖੁੱਡਾ ਵਾਲੀ ਸ਼ੇਰ ਅਤੇ PJ ਹੋ ਕੇ ਬੈਕ ਸਾਈਡ ਦਾ ਰੋਡ ਜਾਂਦਾ ਹੈ। ਉਸ ਰੋਡ ਦੇ ਉੱਪਰ ਟਾਟਾ ਦਾ ਪ੍ਰੋਜੈਕਟ ਲੱਗਿਆ ਹੋਇਆ ਜੀ 25 ਕਿੱਲਿਆਂ ਦਾ, ਉਹ ਵੀ ਉਸ ਰੋਡ 'ਤੇ ਪੈਂਦਾ, ਕੰਸ ਦੇਵੀ ਮਾਤਾ ਦਾ ਮੰਦਿਰ ਹੈ ਜੀ ਉਹਦੇ ਨਾਲ ਹੀ। ਅਤੇ ਜਦੋਂ ਬਾਈਕ 'ਤੇ ਗਿਆ ਉਹਦੀ ਬਾਈਕ ਦੀ ਲਾਈਟ ਵੀ ਨਹੀਂ ਸੀਗੀ ਅਤੇ ਉਸਨੇ ਰੋਡ ਤੋਂ ਜਦੋਂ ਰੱਬ ਜਾਣੇ ਹੁਣ ਉਹ ਕਿੱਦਾਂ ਲੈਫਟ ਮੁੜਿਆ, ਨੀਚੇ ਰੈਂਪ ਸੀਗਾ, ਰੈਂਪ ਤੋਂ ਬਾਈਕ ਸਪੀਡ ਹੋ ਕੇ ਅੱਗੇ ਜੰਗਲ ਸੀਗਾ, ਜੰਗਲ 'ਚ ਐਂਟਰੀ ਹੋ ਕੇ ਬਾਹਰ ਨਿਕਲਦਾ ਹੈ ਅੱਗੇ ਕਾਂਸਲ ਵਾਸਤੇ, ਪਰ ਉਹ 25 ਕਿੱਲਿਆਂ ਦੇ ਵਿੱਚ ਸਾਰਾ ਰਸਤਾ ਖੁੱਲ੍ਹੇ ਪਿਆ ਜੀ। ਉੱਥੇ ਕੰਡਾ ਤਾਰ ਲੱਗੀ ਹੋਈ ਸੀਗੀ, ਉਹ ਲਾਈਟ ਨਹੀਂ ਸੀਗੀ, ਉਹ ਜਾ ਕੇ ਕੰਡਾ ਤਾਰ ਦੇ ਵਿੱਚ ਵੱਜਿਆ ਅਤੇ ਉਹਦੇ ਗਲ 'ਚ ਕੰਡਾ ਤਾਰ ਵੜੀ, ਹੱਥਾਂ 'ਚ ਵੜੀ ਅਤੇ ਉਹ ਬਾਈਕ ਅੱਗੇ ਨਿਕਲ ਗਈ ਅਤੇ ਗੁੜੀਆ ਪਿੱਛੇ ਗਿਰ ਗਈ, ਗੁੜੀਆ ਦੇ ਬੈਕ 'ਤੇ ਚੋਟ ਲੱਗੀ ਥੋੜ੍ਹੀ ਜਿਹੀ ਅਤੇ ਉਸ ਤੋਂ ਬਾਅਦ ਗੁੜੀਆ ਦੌੜ ਕੇ ਰੋਡ 'ਤੇ ਰੋ ਕੇ ਉੱਪਰ ਆ ਗਈ ਅਤੇ ਉੱਥੇ ਗਿਰ ਗਿਆ। ਅਤੇ ਉਸ ਤੋਂ ਬਾਅਦ ਉਹਨੇ ਦੁਬਾਰੇ ਬਾਈਕ ਚੱਕੀ ਅਤੇ ਉੱਥੇ 2 ਬੰਦੇ ਆਏ ਸੀ, ਬਈਏ ਸੀਗੇ, ਉਹ ਸਿਕਿਉਰਿਟੀ ਗਾਰਡ ਜੋ ਉਹਦੇ ਸੀਗੇ, ਉਹਨਾਂ ਨੇ ਉਹਦੀ ਬਾਈਕ ਚੱਕੀ ਅਤੇ ਉਹਨਾਂ ਨੂੰ ਕਿਹਾ ਕਿ ਮੈਂ ਚਾਚਾ ਝੂਠ ਬੋਲਿਆ ਕਿ ਅਸੀਂ ਖਾਂਸਾ ਰਹਿੰਦੇ ਹਾਂ। ਅਤੇ ਉਸ ਤੋਂ ਬਾਅਦ ਪਿੰਡ ਤੋਂ ਥੋੜ੍ਹੀ ਜਿਹੀ ਅੱਗੇ ਆ ਕੇ ਬੇਟੀ ਨੂੰ ਛੱਡਿਆ ਅਤੇ ਉਹ ਫਿਰ ਉਹ ਭੱਜ ਗਿਆ ਜੀ। ਫਿਰ ਕੁੜੀਆ ਘਰ ਆਈ, ਉਹਨੇ ਸਾਨੂੰ ਦੱਸਿਆ, ਅਸੀਂ ਉਸ ਤੋਂ ਬਾਅਦ ਵੀਡੀਓਗ੍ਰਾਫੀ ਵਗੈਰਾ ਚੈੱਕ ਕਰੀ ਅਤੇ ਪੁਲਿਸ ਨੂੰ ਕਾਲ ਕਰੀ ਅਤੇ ਉਹਨਾਂ ਨੇ ਨਾਲ ਮਿਲ ਕੇ ਰਾਤ ਨੂੰ ਫਿਰ ਉਹਨੂੰ ਅਰੈਸਟ ਕਰਿਆ ਜੀ ਡੱਡੂ ਮਾਜਰੇ ਤੋਂ। ਕਿੱਥੋਂ ਦਾ ਰਹਿਣ ਵਾਲਾ ਅਤੇ ਕਿੱਥੇ ਕਿੱਥੇ ਮਕਾਨ ਹੈ ਜੀ? ਦਾ ਖੁੱਡਾ ਵਾਲੀ ਸ਼ੇਰ ਦੇ ਵਿੱਚ ਉਹਦਾ ਮਕਾਨ ਹੈ ਜੀ, ਜਿੱਦਾਂ ਪਤਾ ਲੱਗਿਆ ਜੀ। ਅਤੇ ਖੁੱਡਾ ਵਾਲੀ ਸ਼ੇਰ ਵਾਲੇ ਕਾਫੀ ਬੰਦਿਆਂ ਨੇ ਉੱਥੇ ਹੈਲਪ ਕਰੀ, ਦੱਸਿਆ ਕਿ ਬੰਦਾ ਇੱਧਰ ਤਾਂ 10 ਸੈਕਟਰ ਕੋਈ ਟੈਕਸੀ ਸਟੈਂਡ ਦੇ ਵਿੱਚ ਟੈਕਸੀ ਵੀ ਚਲਾਉਂਦਾ ਹੈ, ਪਤਾ ਨਹੀਂ ਉਹਦਾ ਫਰੈਂਡ ਸੀਗਾ ਕਿਹਾ ਸੀ, ਉੱਥੋਂ ਦੀ ਬਾਈਕ ਬਰਾਮਦ ਹੋਈ ਹੈ, ਉੱਥੇ ਖੜੀ ਸੀਗੀ ਉਹ। ਅਤੇ ਉਸ ਤੋਂ ਬਾਅਦ ਡੱਡੂ ਮਾਜਰੇ ਗਏ, ਉੱਥੇ ਪਤਾ ਲੱਗਿਆ ਉੱਥੇ ਉਹ ਕਿਸੇ ਲੇਡੀਜ਼ ਨਾਲ ਰਹਿੰਦਾ ਹੈ ਉੱਥੇ, ਅਤੇ ਉਹ ਕਿਰਾਏ 'ਤੇ ਮਕਾਨ ਵੀ ਹੈਗਾ ਸੀਗਾ ਉੱਥੇ। ਇੱਥੇ ਆਇਆ ਕਿਵੇਂ, ਮਤਲਬ ਕਿ ਕੋਈ ਜਾਣਕਾਰ ਸੀ ਆਸ ਪਾਸ, ਕਿਸੇ ਨੂੰ ਜਾਣਦਾ ਸੀ ਕਿਸੇ ਨੂੰ, ਕਿੱਦਾਂ ਪਹੁੰਚਿਆ ਕਿੱਥੇ ਇੱਦਾਂ? ਉਰੇ ਦਾ ਸਰ ਉਹ ਕੀ ਹੋਈ ਉਹਦੀ ਕੋਈ ਜਾਣਕਾਰੀ ਨਹੀਂ, ਅਤੇ ਜਿੱਦਾਂ ਪਤਾ ਲੱਗਿਆ ਕਾਫੀ ਕਦੋਂ ਬੰਦੇ ਨੇ ਹੋਰ ਜਦੋਂ ਫੋਟੋ ਦੇਖੀ ਉਹਨੇ ਦੱਸਿਆ ਕਿ ਇਹ ਕਾਫੀ ਦਿਨ ਤੋਂ ਉਰੇ ਘੁੰਮ ਰਿਹਾ ਸੀਗਾ, ਮਤਲਬ ਰੈਕੀ ਕਹਿ ਸਕਦੇ, ਰੈਕੀ ਕਰ ਰਿਹਾ ਸੀ, ਰੈਕੀ ਕਰ ਰਿਹਾ ਸੀਗਾ ਜੀ, ਕਾਫੀ ਦਿਨ ਤੋਂ ਉਰੇ ਚੱਕਰ ਮਾਰ ਰਿਹਾ ਸੀਗਾ। ਅਤੇ ਇੱਕ ਦੋ ਬੰਦਾ ਹੋਰ ਸਾਡੇ ਜਦੋਂ ਰਾਤੀ ਪਤਾ ਲੱਗਿਆ ਫੋਟੋ ਫਲੈਸ਼ ਹੋਈ, ਅਤੇ ਇੱਕ ਦੋ ਨੇ ਬਤਾਇਆ ਕਿ ਅਸੀਂ ਪਹਿਲਾਂ ਵੀ ਇਹਨਾਂ ਨੂੰ ਦੇਖਿਆ ਉਰੇ, 2-4 ਦਿਨਾਂ ਤੋਂ ਪਹਿਲਾਂ ਉਰੇ ਘੁੰਮਦਾ ਸੀਗਾ ਇਹ। ਅੱਛਾ, ਮੰਦਰ 'ਚ ਇਹਨੇ ਮੱਥਾ ਵੀ ਟੇਕਿਆ ਕੇ? ਹਾਂਜੀ, ਮੱਥਾ ਟੇਕਿਆ ਇੱਕ ਵਾਰੀ, ਫਿਰ ਇਹ
ਜਾ ਕੇ ਪਿੱਛੇ ਮੰਦਰ ਦੀ ਦੀਵਾਰ ਦੇ ਨਾਲ ਖੜਾ ਹੋ ਗਿਆ ਜਾ ਕੇ। ਉੱਥੋਂ ਬੱਚੇ ਸਾਹਮਣੇ ਦਿਖ ਰਹੇ ਸੀਗੇ, ਉਹ ਵੀਡੀਓ ਕੈਮ ਪੂਰੀ ਬਣੀ ਹੋਈ, ਉਹਦੇ ਵਿੱਚ ਅਸੀਂ ਆਈਡੈਂਟੀਫਾਈ ਕਰਿਆ, ਫਿਰ ਦੇਖ ਕੇ ਪਤਾ ਲੱਗਿਆ, ਉਹਨੇ ਪੂਰਾ ਚੈੱਕ ਕਰਕੇ ਫਿਰ ਲੈ ਕੇ ਗਿਆ ਬੱਚੇ। ਅਤੇ ਬੱਚਾ ਆਪਣਾ ਸੁਰੱਖਿਅਤ ਹੈ ਜੀ? ਹਾਂਜੀ, ਬੱਚਾ ਸੁਰੱਖਿਅਤ ਹੈ ਬਿਲਕੁਲ ਜੀ। ਉਹ ਰੱਬ ਦੀ ਕਿਰਪਾ ਹੋ ਗਈ, ਉਹ ਗਿਰ ਗਏ, ਇਸ ਕਰਕੇ ਬੱਚੇ ਦੀ ਕਾਫੀ ਉਹ, ਨਹੀਂ ਤਾਂ ਉਹ ਅੱਗੇ ਜੰਗਲ ਦੇ ਵਿੱਚ ਵੜ ਗਿਆ ਸੀਗਾ ਜਿੱਥੇ ਸਾਨੂੰ ਕੁਛ ਪਤਾ ਨਹੀਂ ਲੱਗਣਾ ਸੀਗਾ ਜੀ। ਫਿਰ ਅਤੇ ਉਹਦੀ ਮਨਸ਼ਾ ਜੋ ਵੀ ਸੀ ਉਹਨੇ ਆਪਣੀ ਕਰਨੀ ਸੀਗੀ ਜੀ। ਇਹ ਸੀ ਸਾਡੇ ਨਾਲ ਬੱਚੇ ਦੇ ਪਿਤਾ, ਜਿਨ੍ਹਾਂ ਨੇ ਦੱਸਿਆ ਵੀ ਇੱਕ ਅਣਪਛਾਤਾ ਚੰਡੀਗੜ੍ਹ ਦੇ ਜਿੱਥੇ ਰਹਿੰਦੇ ਆ ਉੱਥੇ ਪਹੁੰਚ ਗਿਆ ਅਤੇ ਉਹਨੇ ਮੰਦਰ 'ਚ ਪਹਿਲਾਂ ਮੱਥਾ ਟੇਕਿਆ ਅਤੇ ਮੱਥਾ ਟੇਕਣ ਤੋਂ ਬਾਅਦ ਮੰਦਰ ਦੇ ਅੰਦਰ ਕੁਛ ਬੱਚੇ ਖੇਡ ਰਹੇ ਸੀ ਅਤੇ ਇਹਨਾਂ ਦੀ 6-7 ਸਾਲ ਦੀ ਬੱਚੀ ਨੂੰ ਉਹ ਇੱਥੋਂ ਕਿਡਨੈਪ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਅੱਗੇ ਜਾ ਕੇ ਇੱਕ ਤਾਰਾਂ ਸੀ ਕੰਡਿਆਂ ਵਾਲੀ, ਤਾਰਾਂ 'ਚ ਉਹਦੇ ਬਾਈਕ ਦੀ ਲਾਈਟ ਨਾ ਹੋਣ ਕਾਰਨ ਉਹ ਤਾਰ ਜਿਹੜੀ ਹੈ ਉਹਦੇ ਗਲੇ 'ਚ ਫਸ ਗਈ ਅਤੇ ਉਹ ਖੂਨ ਨਾਲ ਲੱਥਪੱਥ ਹੋ ਗਿਆ ਅਤੇ ਉਸ ਤੋਂ ਬਾਅਦ ਉਹ ਬੱਚੀ ਨੂੰ ਉੱਥੋਂ ਹੀ ਛੱਡ ਕੇ ਫਰਾਰ ਹੋ ਗਿਆ, ਜਿਸ ਤੋਂ ਬਾਅਦ ਬੱਚੀ ਨੇ ਆਪ ਬੀਤੀ ਆਪਣੇ ਘਰਦਿਆਂ ਨੂੰ ਦੱਸੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਸਮੇਂ ਰਹਿੰਦੇ ਹੋਏ, ਅਤੇ ਉਸ ਤੋਂ ਬਾਅਦ ਪੁਲਿਸ ਨੇ ਆਸ ਪਾਸ ਲੱਗੇ CCTV ਕੈਮਰੇ ਖੰਗਾਲੇ ਅਤੇ CCTV ਕੈਮਰੇ ਖੰਗਾਲਣ ਤੋਂ ਬਾਅਦ ਆਖਿਰਕਾਰ ਉਸ ਸ਼ਖਸ ਨੂੰ, ਰੋਹਿਤ ਜੀ ਦਾ ਨਾਮ ਦੱਸਿਆ ਜਾ ਰਿਹਾ, ਉਹਨੂੰ ਡੱਡੂ ਮਾਜਰੇ ਤੋਂ ਗ੍ਰਿਫਤਾਰ ਕਰ ਲਿਆ। ਸੈਕਟਰ 3 ਥਾਣਾ ਦੀ ਪੁਲਿਸ ਨੇ ਉਹਦੇ ਖਿਲਾਫ਼ ਵਿਭਿੰਨ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਜੱਗੀ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ TV। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।